नमस्कार दोस्तों, आप देख रहे हैं सिटी हलचल। मैं हूं आपके साथ अशोक चोपड़ा। नूरपुर बेदी बस स्टैंड में बीती रात अचानक आग लग जाने से 3 दुकानें आग की भेंट चढ़ गई और देखते ही देखते इन दुकानों में रखा लाखों रुपए का सामान जलकर राख हो गया। आग की घटना का पता चलते ही घटना स्थल से कुछ ही दूरी पर स्थित पुलिस थाने में मौजूद अग्निशमन विभाग के कर्मचारियों ने आग पर काबू तो पाया, लेकिन तब तक काफी देर हो चुकी थी और दुकानों में रखा सब सामान जलकर राख हो गया था। आग की यह घटना रात लगभग 1 बजे लगी, जिसमें मनियारी बर्तन और कन्फेक्शनरी की दुकान में भारी नुकसान हुआ। उपस्थित लोगों की माने तो आग इतनी भयानक थी कि अगर समय पर अग्निशमन विभाग के कर्मचारी ना पहुंचते तो आग और भी दुकानों को अपनी चपेट में ले सकती थी। दुकानदार विशाल भारद्वाज पुत्र हरमेश कुमार की माने तो आग की इस घटना से उसका 6 से 7 लाख, बर्तन की दुकान करने वाले नरेश कुमार के अनुसार उसका लगभग 3 लाख रुपए का नुकसान हुआ है। फिलहाल आग लगने के कारणों का पता नहीं चल पाया था। क्या कहा पीड़ित दुकानदारों ने, आप भी सुने। सारे इलाका वासियों नु नमस्कार, राम राम, सत श्री अकाल। तो एक बड़ी दुखदायक ते मंदभागी घटना हुई है साडे नूरपुर बेदी मुख पुराने बस स्टैंड दे विच, जिथे बीती रात तुसीं देख सकदे हो आह 3 दुकानां सड़ के सुआह हो गई। बड़े गरीब बंदे है, बड़ा भारी नुकसान होया। सो मैं इलाका वासियों नूं अपील करदा, इह साडा ओह इलाका है नूरपुर बेदी जिन्हां बाहर ते आए प्रवासी लोकां दा जद बीते साल ਝੁੰਗੀਆਂ ਸੜ ਕੇ ਸਵਾਹ ਹੋ ਗਈਆਂ ਤੀਆਂ, ਸਮਾਨ ਸੜ ਕੇ ਸਵਾਹ ਹੋ ਗਿਆ, ਉਹਨਾਂ ਦੀ ਡਟ ਕੇ ਮਦਦ ਕੀਤੀ ਤੀ। ਇਹ ਤਾਂ ਸਾਡੇ ਆਪਣੇ ਹੈ, ਨੂਰਪੁਰ ਬੇਦੀ ਦੇ ਬਛਿੰਦੇ ਹੈ, ਹੈਂਡ ਟੂ ਮਾਊਥ ਹੈ, ਗਰੀਬ ਬੰਦੇ ਹੈ। ਪਹਿਲੀ ਦੁਕਾਨ ਤੁਸੀਂ ਸਾਰੇ ਜਾਣਦੇ ਆ ਬਿੱਲੇ ਦੀ ਹੈ, ਜਿਹੜਾ ਵਿਚਾਰਾ ਕਾਰੋਬਾਰ ਕਰਨ ਲਈ ਪਰਿਵਾਰ ਪਾਲਣ ਦੇ ਲਈ ਪਹਾੜਾਂ 'ਚ ਜਾਂਦਾ, ਛੋਟਾ ਮੋਟਾ ਸਮਾਨ ਭਾਂਡੇ ਟਿੰਡੇ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ। ਤੁਹਾਡੇ ਸਾਹਮਣੇ ਆ ਹਾਲਾਤ, ਤੁਸੀਂ ਦੇਖ ਸਕਦੇ ਹੋ ਕਿ ਸੜ ਕੇ ਸਵਾਹ ਹੋ ਗਿਆ, ਸਾਰਾ ਕੁਛ ਜੀਰੋ ਹੋ ਗਿਆ ਇੱਕ ਤਰ੍ਹਾਂ ਦਾ। ਸੋ ਸਾਥੀਓ, ਇਹਨਾਂ ਦੀ ਪਿੱਠ ਨਹੀਂ ਲੱਗਣ ਦੇਣੀ, ਇਕੱਲਾ ਬੰਦਾ ਕੋਈ ਕੁਛ ਨਹੀਂ ਕਰ ਸਕਦਾ। ਠੀਕ ਹੈ, ਸਰਕਾਰਾਂ ਦਾ ਕੰਮ ਆਪਣਾ ਹੈ, ਪਰ ਉਹ ਕਿੰਨਾ ਟਾਈਮ ਲੱਗਦਾ ਤੁਹਾਨੂੰ ਵੀ ਪਤਾ ਹੈ, ਮਦਦ ਮਿਲਦੀ ਨਹੀਂ ਮਿਲਦੀ ਇਹ ਵੀ ਤੁਹਾਨੂੰ ਪਤਾ। ਇਹਨਾਂ ਦੀ ਮਦਦ ਕਰਨੀ ਹੈ, ਨਾਲੇ ਸਾਡਾ ਸ਼ਾਮ ਵੀਰਾ ਖੜਾ ਦਿਖਾਈ ਦੇ ਰਿਹਾ ਹੈ, ਇਹ ਆਪਣੇ ਮੂੰਹ 'ਤੇ ਕੁਛ ਨਹੀਂ ਕਹਿੰਦੇ ਕਿਉਂਕਿ ਸਵਾਭਿਮਾਨੀ ਲੋਕ ਹੈ, ਮਿਹਨਤ ਕਰਨ ਵਾਲੇ ਲੋਕ ਹੈ, ਪਰ ਸਾਡਾ ਫਰਜ਼ ਬਣਦਾ ਹੈ ਇਹਨਾਂ ਦੀ ਮਦਦ ਕਰਨ ਦਾ। ਸੋ ਆਓ ਤਿਲ ਫੁੱਲ ਇਕੱਠਾ ਕਰੀਏ, ਇਹਨਾਂ ਨੂੰ ਪੈਰਾਂ ਤੇ ਖੜਾ ਕਰੀਏ। ਇੱਕ ਤੀਜੀ ਦੁਕਾਨ ਮੇਰੇ ਹੋਰ ਵੀਰ ਦੀ ਹੈ, ਕੋਸਮੈਟਿਕ ਦਾ ਕੰਮ ਹੈ, ਹਜੇ ਉਹ ਖੈਰ ਇੱਥੇ ਹੈ ਨਹੀਂ। ਰਾਤ ਦੀ ਘਟਨਾ ਇਹ ਹੋਈ ਜਦੋਂ 1:30 ਵਜੇ ਅੱਗ ਦਾ ਪਤਾ ਲੱਗਿਆ। ਪਹਿਲਾਂ ਤਾਂ ਮੈਂ ਧੰਨਵਾਦੀ ਹੋਵਾਂਗਾ SHO ਨੂਰਪੁਰ ਬੇਦੀ ਦਾ, ਜਿਹਨੇ ਖੁਦ ਮੌਕੇ ਤੇ ਪਹੁੰਚ ਕੇ ਨਾਲ ਉਹਨਾਂ ਦਾ ਸਟਾਫ ਤਾਂ ਜਿੰਨੀ ਕੁ ਉਹਨਾਂ ਦੇ ਜ਼ੋਰ ਲੱਗਿਆ, ਉਹਨਾਂ ਨੇ ਸ਼ਟਰ ਪੱਟੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਹੀ ਅੱਗੇ ਕੋਈ ਜ਼ੋਰ ਨਹੀਂ ਚੱਲਦਾ। ਉਦੋਂ ਤੱਕ ਸਾਰਾ ਕੁਝ ਸੜ ਕੇ ਸਵਾਹ ਹੋ ਗਿਆ, ਕੋਸ਼ਿਸ਼ ਉਹਨੇ ਜ਼ਰੂਰ ਕੀਤੀ, ਕੋਸ਼ਿਸ਼ ਦੇ ਧੰਨਵਾਦੀ ਹੈ। ਬਿਜਲੀ ਵਾਲੇ ਨੇ ਵੀ ਧੰਨਵਾਦੀ ਹੈ, ਉਹਨਾਂ ਨੇ ਵੀ ਲਾਈਟ ਕੱਟੀ, ਪਰ ਹੁਣ ਹਾਲਾਤ ਇਹ ਹੈ ਕਿ ਇਹਨਾਂ ਦੀ ਮਦਦ ਕਰਨੀ ਹੈ ਸਾਥੀਓ। 24 ਘੰਟੇ 'ਚ ਇਲਾਕਿਆਂ ਵਾਸੀਓ ਸੰਦੇਸ਼ ਦੇਣਾ ਹੈ ਕਿ ਸ਼ਾਮ ਨੂੰ ਅਸੀਂ 5 ਵਜੇ 'ਤੇ ਇੱਥੋਂ ਇਸ ਸਥਾਨ ਤੋਂ ਨੂਰਪੁਰ ਬੇਦੀ ਪੁਲਿਸ ਟੀ ਪੁਆਇੰਟ ਚੌਂਕ 'ਤੇ ਇਕੱਠੇ ਹੋ ਕੇ ਅਗਰਾਹੀ ਮਾਰਨੀ ਇਹਨਾਂ ਦੇ ਹੱਕ ਦੇ ਵਿੱਚ, ਜਿੰਨੀ ਜਿਹਦੀ ਸ਼ਰਧਾ ਉਹ ਦੇ ਕੇ ਇਹਨਾਂ ਨੂੰ ਮੁੜ ਖੜੇ ਕਰਨਾ ਹੈ, ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਸੋ ਪਹਿਲਾਂ ਇਹਨਾਂ ਨਾਲ ਵੀ 1 ਮਿੰਟ ਗੱਲ ਕਰਾਉਂਦਾ ਮੈਂ ਤੁਹਾਡੀ, ਸ਼ਾਮ ਹੋਰਾਂ ਦੇ ਨਾਲ, ਬਿੱਲੇ ਹੋਰਾਂ ਦੇ ਨਾਲ। ਸੋ ਡਟ ਕੇ ਮਦਦ ਕਰਿਓ, ਬੰਦਿਸ਼ ਕੋਈ ਨਹੀਂ ਹੈ, ਇੱਕ ਇਹ ਅਹਿਸਾਸ ਹੋ ਜਾਵੇ ਬੰਦੇ ਨੂੰ ਵੀ ਜੇ ਦੁੱਖ ਆਇਆ ਤਾਂ ਸਾਰੇ ਖੜੇ ਆ, ਅਸੀਂ ਵਿਆਹ ਸ਼ਾਦੀਆਂ ਤੇ ਹੋਰ ਚੀਜ਼ਾਂ ਤੇ ਬੜੇ ਬੜੇ ਖਰਚੇ ਕਰਦੇ ਆ, ਪਰ ਜਦ ਕਿਸੇ ਪਰ ਦੁੱਖ ਆਵੇ ਉਸ ਵੇਲੇ ਵੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ, ਤੁਹਾਡੀ ਸਾਰਿਆਂ ਨੂੰ ਮੇਰੀ ਅਪੀਲ ਹੈ। ਸੋ ਪਹਿਲਾਂ ਬਿੱਲੇ ਵੀਰੇ ਨੂੰ, ਬਿੱਲੇ ਵੀਰੇ ਕਿਆ ਕਿੰਨਾ ਕੁ ਨੁਕਸਾਨ ਹੋਇਆ, ਕਿਆ ਆਪਣਾ ਕਿੰਨਾ ਕੁ ਸਮਾਨ ਤਾਂ ਥੋੜ੍ਹਾ ਜਿਹਾ ਹੁੰਦਾ, ਜ਼ਿਆਦਾ ਘਬਰਾਉਣਾ ਨਹੀਂ, ਆ ਸਾਰੇ ਯਾਰ ਦੇ ਨਾਲ ਖੜੇ ਇਲਾਕੇ ਵਾਲੇ 70-70 ਹਜ਼ਾਰ ਦਾ ਕੱਲ੍ਹ ਲੈ ਕੇ ਆਇਆ ਜੀ, ਅਤੇ ਕੱਲ੍ਹ ਮਾਲ ਲੈ ਕੇ ਆਇਆ ਤਾ ਜੀ, ਸਾਰੇ ਖੜੇ ਹੈ ਜਾਂ ਬਾਹਰ ਵਾਲੇ ਝੁੰਡੀਆਂ ਦੀ ਮਦਦ ਕਰੀ ਦੀ ਤਾਂ ਤੁਹਾਡੀ ਵੀ ਮਦਦ ਹੋਣੀ ਹੈ। ਇੱਕ ਹੋਰ ਤੀਜਾ ਵੀ ਦੁਕਾਨਦਾਰ ਹੈ, ਸੋ ਸਾਰਿਆਂ ਨੂੰ ਅਪੀਲ ਹੈ। ਸੋ ਰਾਜਾ ਜੀ ਕੋ ਕਹਿਣਾ ਚਾਹੋਗੇ ਤੁਸੀਂ ਇਸ ਵੇਲੇ, ਜਦ ਅਸੀਂ ਖੈਰ ਅਸੀਂ ਵੀ ਮਦਦ ਕਰਾਂਗੇ, ਸ਼ੁਰੂਆਤ ਅਸੀਂ ਖੁਦ ਕਰਾਂਗੇ, ਰਾਜਾ ਜੀ ਕਹਿਣਾ ਕੁਛ ਇਹਨਾਂ ਨੂੰ?
ਅਸੀਂ ਤਾਂ ਇਹੀ ਅਪੀਲ ਕਰਾਂਗੇ ਸਾਰੇ ਸ਼ਹਿਰ ਵਾਸੀਆਂ ਨੂੰ, ਜਦੋਂ ਝੁੱਗੀਆਂ ਵਾਲੇ ਅੱਗ ਲੱਗੀ ਸੀ ਸਾਰਿਆਂ ਨੇ ਆਪਣਾ ਤਿਲ ਫੁੱਲ ਭੇਟਾ ਕੀਤਾ ਸੀ, ਉਹਨਾਂ ਨੂੰ ਸਟੈਂਡ ਕੀਤਾ ਹੈਗਾ। ਇਹ ਆਪਣੇ ਪੰਜਾਬੀ ਭਾਈ ਹੈ, ਆਪਣੇ ਗੁਆਂਢੀ ਹੈ, ਮਿਹਨਤੀ ਲੋਕ ਹੈ, ਇਹਨਾਂ ਦੀ ਮਦਦ ਕਰੋ। ਮੈਂ ਸ਼ੁਰੂ ਕਰਦਾ, ਮੈਂ ਉਹਨੂੰ 2000 ਰੁਪਏ ਦੀ ਹੈਲਪ ਕਰੂੰਗਾ, ਪਰ ਮੇਰੀ ਔਕਾਤ ਨਹੀਂ ਹੈ, ਪਰ ਚਲੋ ਫਿਰ ਵੀ ਮੈਂ ਸ਼ੁਰੂ ਕਰਦਾ ਕਿ ਮੈਂ 2000 ਰੁਪਏ ਦੀ ਹੈਲਪ ਕਰੂੰਗਾ। ਬਹੁਤ ਬਹੁਤ ਸਾਰੇ 200-200 5-500 ਰੁਪਏ ਵੀ ਦੇਣਗੇ ਤਾਂ ਇਹਨਾਂ ਨੂੰ ਬਹੁਤ ਵੱਡੀ ਹੈਲਪ ਹੋ ਜਾਣੀ। ਹਜ਼ਾਰਾਂ ਹੀ ਦੁਕਾਨਾਂ ਸਾਡੇ ਇਲਾਕੇ 'ਚ, 1,00,000 ਰੁਪਇਆ ਇਕੱਠਾ ਹੋ ਸਕਦਾ ਅਗਰ ਕਰਨਾ ਚਾਹੁਣ। ਅਗਰ ਬੰਦਾ ਬਿਮਾਰ ਹੋ ਜਾਂਦਾ ਜਾਂ ਕੋਈ ਪ੍ਰੋਬਲਮ ਆ ਜਾਂਦੀ ਤਾਂ ਬੰਦਾ ਮਿੰਟ 'ਚ ਪੈਸੇ ਨਹੀਂ ਲਾਉਂਦਾ। ਬਿਲਕੁਲ, ਅਗਰ 100-100 ਰੁਪਏ ਆਪਣੀ ਜੇਬ 'ਚ ਕੱਢੂਗਾ ਤਾਂ ਇਹਨਾਂ ਦੀ ਹੈਲਪ ਹੋ ਜਾਣੀ ਹੈਗੀ। ਮੈਂ ਸਟਾਰਟ ਕਰਦਾ ਕਿ ਮੈਂ 2000 ਰੁਪਏ ਦਊਂਗਾ, ਬਾਕੀ ਵੀ ਸਾਰੇ ਹੈਲਪ ਕਰਨ। ਤੇ ਸ਼ਾਮ ਨੂੰ 5-7 ਵਜੇ ਦਾ ਟਾਈਮ ਹੈ, ਸਾਰੇ ਵਾ ਚੜ੍ਹ ਕੇ ਹਿੱਸਾ ਪਾਉਣ ਤੋਂ ਜਾ ਕੇ ਇਹਨੇ 3 ਦੁਕਾਨਾਂ ਹੈ ਇਹਨਾਂ ਦੀ ਹੈਲਪ ਕੀਤੀ ਜਾ ਕੇ ਸਹਿ ਹੋ ਜਾਣ ਮੁੜ ਕੇ ਦੁਬਾਰਾ। ਸੋ ਬਿਲਕੁਲ ਬਿਲਕੁਲ, ਹੋਰ ਵੀ ਇੱਥੇ ਤੁਸੀਂ ਦੇਖ ਸਕਦੇ ਹੋ, ਸਾਰੇ ਸਾਥੀ ਖੜੇ ਆ, ਇੱਧਰ ਚੱਡਾ ਜੀ ਵੀ ਖੜੇ ਆ, ਸੋ ਸਾਰੇ ਆ ਨਾਲ ਖੜੇ ਆ, ਤੁਸੀਂ ਹੌਸਲਾ ਨਹੀਂ ਛੱਡਣਾ, ਕਿਸੇ ਗੱਲ ਤੇ ਨਹੀਂ ਘਬਰਾਉਣਾ। ਗੱਲ ਇਹ ਹੈ, ਮੈਂ ਹੁਣੇ ਹੁਣੇ ਸਾਈਡ 'ਤੇ ਆਇਆ ਤਾਂ ਮੈਨੂੰ ਗੋਖੇ ਨੇ ਦੱਸਿਆ ਵੀ ਇੱਦਾਂ ਅੱਡੀ ਦਾ ਵੀ ਚੱਕ ਲੱਗ ਗਿਆ। ਮੈਂ ਇੱਥੇ ਘਰ ਜਾ ਕੇ ਮੋਟਰਸਾਈਕਲ ਆਪਣਾ ਚੱਕਿਆ, ਜਿਹੜੇ ਤੁਰੰਤ ਤੁਹਾਡੇ ਕੋਲ ਪਹੁੰਚਿਆ। ਦੇਖੋ, ਜਦ ਪਹਿਲਾਂ ਝੁੰਗੀਆਂ ਨੂੰ ਜਦੋਂ ਅੱਗ ਲੱਗੀ ਸੀ, ਅਸੀਂ ਸਾਰਿਆਂ ਨੇ ਮੂਪੇ ਦੀ ਲੋਕਾਂ ਨੇ, ਬਾਜ਼ਾਰ ਦੇ ਨੇ, ਪਿੰਡਾਂ ਦੇ ਲੋਕਾਂ ਨੇ, ਸਾਰਿਆਂ ਨੇ ਮਦਦ ਕੀਤੀ। ਅੱਜ ਇਹਦਾ ਜਿਹੜੇ ਹੈਗੇ ਆ ਸਾਡੇ ਆਪਣੇ ਸਿਵਾ, ਸੋ ਸਾਡੀ ਇਹ ਜਿਹੜੀ ਜ਼ਿੰਮੇਵਾਰੀ ਬਣਦੀ ਹੈ। ਮੈਂ ਜਦ ਦੁਕਾਨ 'ਤੇ ਤੁਰਿਆ, ਮੈਂ ਪਹਿਲਾਂ ਇਹ ਫੈਸਲਾ ਕਰਕੇ ਤੁਰਿਆ ਮਨ ਦੇ ਵਿੱਚ, ਮੈਨੂੰ ਉਹ ਗੱਲ ਯਾਦ ਹੈ ਪੂਰੀ ਤਰ੍ਹਾਂ ਵੀ ਅਸੀਂ ਜਿਸ ਟਾਈਮ ਅੱਗ ਲੱਗੀ ਸੀ ਉਸ ਟਾਈਮ ਅਸੀਂ ਸਾਰਿਆਂ ਨੇ ਹੈਲਪ ਕਰੀ ਸੀ। ਬਿਲਕੁਲ, ਇੱਥੇ ਅੱਡੇ ਦੇ ਵਿੱਚ ਜਾ ਕੇ ਵੀ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ, ਅਸੀਂ ਇਹਨਾਂ ਦੀ ਭਰਪਾਈ ਕਰਨ ਦੀ ਪੂਰੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ। ਮੇਰੀ ਤੁਹਾਨੂੰ ਸਾਰਿਆਂ ਨੂੰ ਸਲਾਹ, 5 ਮੈਂਬਰੀ ਆਪਣੀ ਕਮੇਟੀ ਬਣਾ ਲਓ, ਇੱਕ ਸ਼ਾਮ ਨੂੰ ਇਕੱਠੇ ਹੋ ਜਾਓ ਇੱਥੇ ਅੱਗੇ ਵਿਚਾਰ ਕੇ, ਜਿੰਨਾ ਵੀ ਇਹਨਾਂ ਦੀ ਹੈਲਪ ਹੋ ਸਕੀ ਉੱਨੀ ਹੀ ਕਰਾਂਗੇ। ਬਾਕੀ ਮੈਂ ਇਹਨਾਂ ਨੂੰ ਵੀ ਬੇਨਤੀ ਕਰਨੀ ਹੈ, ਮਨ ਦੇ ਵਿੱਚ ਇੰਨਾ ਤੁਸੀਂ ਅਫਸੋਸ ਨਾਲ ਲਿਆਇਓ, ਸਾਰੇ ਤੁਹਾਡੇ ਨਾਲ ਖੜੇ ਆ। ਕਿਸੇ ਨਾਲ ਵੀ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ, ਇੱਕ ਇਲਾਕਾ ਨਿਵਾਸੀ ਨੇ ਸਾਨੂੰ ਵੀ ਬਹੁਤ ਬੜੀ ਇੱਕ ਜ਼ਿੰਮੇਵਾਰੀ ਸੌਂਪੀ ਵੀ ਹੈ, ਅਸੀਂ ਉਸ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਸੀਂ ਹਮੇਸ਼ਾ ਲੋਕਾਂ ਦੇ ਨਾਲ ਖੜੇ ਹਾਂ। ਕਿਸੇ ਵੀ ਟਾਈਮ ਕਿਸੇ ਵੀ ਕਿਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ, ਠੀਕਾ ਜ਼ਰੂਰ ਹੈ, ਸਾਡੇ 'ਤੇ ਇੱਕ ਗੱਲ ਨਾ ਪਹੁੰਚਾ ਉਹ ਗੱਲ ਇੱਕ ਵੱਖਰੀ। ਮੈਂ ਆਪਣੀ ਗੱਲ ਪੂਰੀ ਖਤਮ ਕਰਨੀ ਹੈ। ਸੋ ਇਹ ਗੱਲ ਹੈ ਜਿਹੜੀ ਐਵੇਂ ਮਤਲਬ ਗੱਲਾਂ ਕਰਕੇ ਨਹੀਂ ਹੋਣੀ ਹੈ, ਜੇ ਆਪਾਂ ਇੱਥੇ ਹੁਣ ਖੜੇ ਹਾਂ, 5 ਮਿੰਟ ਆ ਕੇ ਗੱਲ ਕਰਕੇ ਚਲ ਗਏ, ਇਹਨੂੰ ਪ੍ਰੋਪਰ ਵੀ ਹੱਲ ਕਰਨਾ ਪੈਣਾ। ਸ਼ਾਮ ਨੂੰ ਆ ਜਾਓ, 5 ਇੱਥੇ ਬੈਠ ਕੇ ਬੰਦੇ ਜਿੱਦਾਂ ਵੀ ਅਸੀਂ ਫੈਸਲਾ ਕਰਾਂਗੇ, ਸਾਨੂੰ ਬਾਜ਼ਾਰ 'ਚ ਘੁੰਮਣਾ ਪਵੇ, ਵੱਡੇ 'ਚ ਘੁੰਮਾਂਗੇ, ਸਾਰਿਆਂ 'ਤੇ ਜਿੰਨੀ ਵੀ ਹੈਲਪ ਕਰਾਂਗੇ। ਬਾਕੀ ਜੇ ਦੂਸਰੀ ਵੀ ਕੋਈ ਕਿਸੇ ਤਰ੍ਹਾਂ ਦੀ ਹੈਲਪ ਸਰਕਾਰ ਵੱਲੋਂ ਵੀ ਕੋਈ ਹੋਊਗੀ, ਉਹ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਇਹਨਾਂ ਦਾ ਫੋਟੋ ਸਾਰੀ ਲੈ ਲਓ, ਆਪਣੀ ਬਿਓਰਾ ਬਣਾ ਲਓ, ਪੁਲਿਸ ਸਪੋਰਟ ਕਰਾ ਲਓ, ਉਹਨੂੰ ਬੁਲਾ ਕੇ ਸਾਰਾ ਕੁਝ ਧਿਆਨ, ਪੁਲਿਸ ਆ ਗਈ ਸੀ ਮੌਕੇ ਪਰ। ਹਾਂ, ਭਾਵ ਕਹਿੰਦਾ ਵੀ ਉਹਨਾਂ ਦੇ ਧਿਆਨ 'ਚ ਲਿਆ ਗਿਆ, ਇਹਨੂੰ ਸਾਰਾ ਲਿਖਤੀ ਰੂਪ 'ਚ ਕਰ ਲਓ, ਜਿੰਨੀ ਸਾਰੀ ਮਦਦ ਹੋਊਗੀ। ਆਹ ਹਾਲਾਤ ਹੈ ਜੀ, ਆਹ ਲੌਂਗ ਲੈਚੀਆਂ ਦਾ ਕੰਮ ਕਰਦਾ ਤਾ ਸਾਡਾ ਵੀਰ, ਲੌਂਗਾਂ ਦਾ ਲੈਚੀਆਂ ਦਾ, ਭੁੱਜ ਕੇ ਆ ਤੁਹਾਡੇ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਸ਼ਾਮ ਨੂੰ ਸਹੀ 5 ਵਜੇ ਨੂਰਪੁਰ ਬੇਦੀ, ਆਹ ਲੋਕੇਸ਼ਨ ਹੈ ਜੀ, ਆਹ ਥਾਣੇ ਵਾਲਾ ਚੌਂਕ ਹੈ, ਆਹ ਤੁਸੀਂ ਦੇਖ ਸਕਦੇ ਹੋ, ਇੱਥੇ ਇਕੱਠੇ ਹੋਣਾ ਸ਼ਾਮ ਨੂੰ 5 ਵਜੇ। 5 ਵਜੇ ਸਾਰੇ ਪੁੱਜੋ, ਜਿੱਦਾਂ ਵੀ ਸਭਾ ਬਣਾ ਕੇ ਸਾਥੀ ਬਣਾ ਕੇ ਸਵੇਰ ਜਾਣ ਦੇ ਪਹਿਲਾਂ ਜਿੰਨਾ ਇਹਨਾਂ ਦਾ ਹੱਲ ਅਸੀਂ ਕਰਨਾ ਹੈ, ਬਾਕੀ ਤੋਂ ਲੋਕ ਜੋ ਚਾਹੁਣ 1 ਮਿੰਟ 'ਚ ਉਹ ਕਰ ਸਕਦੇ ਆ। ਸਾਡੀ ਸਾਰਿਆਂ ਨੂੰ ਅਪੀਲ ਹੈ, ਇਹਦੀ ਮਦਦ ਕਰੀਏ ਯਾਰ, ਆਪਣੇ ਆ, ਬਾਹਰ ਵਾਲਿਆਂ ਦੀ ਕੀਤੀ ਅਸੀਂ, ਝੁੰਗੀ ਵਾਲਿਆਂ ਦੀ ਕੀਤੀ, ਚਲੋ ਇਨਸਾਨ ਹੈ ਕੋਈ ਵੀ ਹੋਵੇ, ਸੋ ਕਰੀਏ। ਵਿਆਹਾਂ ਦਾ ਵੀ ਮੌਸਮ ਹੈ, ਬਿਜੀ ਵੀ ਹੈ ਲੋਕ, ਪਰ ਆਹ ਵੀ ਮਦਦ ਜ਼ਰੂਰ ਕਰੀਏ। ਇੱਕ ਮੈਂ ਹੋਰ ਗੱਲ ਕਹਿਣੀ ਭੁੱਲਦੀ ਆ, ਸਾਰੀਆਂ ਗੱਲਾਂ ਕਰੀਆਂ, 5,000 ਰੁਪਇਆ ਮੈਂ ਆਪਣੇ ਕੋਲ ਤੋਂ ਦਊਂਗਾ। ਬਹੁਤ ਮਿਹਰਬਾਨੀ। 5,000 ਰੁਪਇਆ ਇੱਧਰ ਬੱਬੂ ਚੱਡਾ ਜੀ ਨੇ ਸ਼ੁਰੂਆਤੀ ਕਰੀ, 2,000 ਰੁਪਇਆ ਰਾਜ ਕੁਮਾਰ ਬਾਬਾ ਜੀ ਨੇ ਕੀਤੀ, ਮੈਂ ਵੀ ਤਿਲ ਫੁੱਲ ਭੇਟਾ 2,000 ਰੁਪਏ ਦਾ ਦੇ ਕੇ, ਆਹ 500 ਰੁਪਇਆ ਹੋਣ ਲੱਗ ਪਈ ਜੀ ਮਦਦ ਸ਼ੁਰੂ ਕਰ ਲਓ ਜੀ। ਤੁਸੀਂ ਦੇਖ ਸਕਦੇ ਹੋ ਆ ਸਾਥੀ ਜਿਹੜੇ ਹੁਣੇ ਆ ਗਏ ਆ, ਉਹ ਯਾਰ ਆਹੀ ਟਾਈਮ ਹੈ, ਉਹ ਵੀ ਅੱਜ ਹਜੂ ਨਿਕਲਦੇ ਆ ਵੀਰਾ ਜੀ, ਆਪਣੇ ਰੈਡੀਮੇਡ ਦਾ ਕੰਮ ਹੈ। ਸ਼ਾਮ ਵੀਰਾ ਇੱਧਰ ਆ, ਬੱਬੂ ਚੱਡਾ ਜੀ ਨੇ, 2,000 ਰਾਜਾ ਜੀ ਨੇ, 2,000 ਸਟਾਰਟਿੰਗ ਮੈਂ ਪਾਊਂਗਾ, ਹੋਰ ਵੀ ਸਾਥੀ ਪਾਉਂਗੇ ਜਿੰਨੀ ਜਿਹਦੀ ਸਮਰੱਥਾ ਹੈ। ਆਹ ਹੁਣ ਅਸੀਂ 5 ਮੈਂਬਰੀ ਕਮੇਟੀ, 1,000 ਰੁਪਇਆ ਲਓ ਜੀ, ਅਜੇ ਪੁਰੀ ਵੱਲੋਂ ਵੀ 1,000 ਰੁਪਇਆ ਜੀ। ਕੋਈ ਨੀ, ਅਸੀਂ ਸ਼ਾਮ ਨੂੰ ਸਹੀ 5 ਵਜੇ ਇਕੱਠਾ ਹੋਣਾ, 5-7 ਮੈਂਬਰੀ ਠੀਕ ਹੈ ਕਮੇਟੀ ਵੀ ਬਣਾਉਂਗੇ,
फिलहाल तुसी पैसे किसी नूं ना दिओ, 5 बजे दिओ। आ जिहड़ी 5 बजे शुरू करांगे। आ जिहड़ी 1200 रुपए की इमानत आ गई है, जिहड़े दुकानदार भाइयों ने दिता, एक बाड़ियां पिट दिता, यह साडे कोल पई है। इहदे अलावा हजे कोई ना देवे, शाम नूं 5 बजे मिलांगे इत्थे। कोई नहीं, अगर देना चाहुंदा तां नाल दी नाल देओ। जिहड़ा बंदा हुण खड़ा है, तुहानूं दे सकदे तुसी, होर ना फड़ायो। तो बहुत बहुत धन्यवाद। सिटी हलचल के लिए नूरपुर बेदी से कुलदीप शर्मा की रिपोर्ट। अजोली मार्केट में खुल गई है चश्मों की नई दुकान वशिष्ठ ऑप्टिकल। यहां आपको मिलेंगे हर तरह के ब्रांडेड चश्मे, वो भी बाजार से काफी कम दाम पर। नजर के चश्मे लगवाने वालों की नजर पहले अति आधुनिक मशीनों से निशुल्क जांच करने के उपरांत ऑटोमेटिक मशीनों से तैयार चश्मा चंद मिनटों में ही उपलब्ध करवाया जाता है। तो एक बार सेवा का मौका अवश्य दे। हमारा पता नोट करें, वशिष्ठ ऑप्टिकल, नंगल संतोषगढ़ मुख्य मार्ग, निकट गोल्डन पैलेस, अजोली मोड, जिला उन्ना। हमारा फोन नंबर 99 155 84 190।